हेलो दोस्तों, थोड़ा साडे चैनल च बहुत बहुत स्वागत है। साडे नाल जुड़े रहने लई, बने रहने लई थोड़ा धन्यवाद। आए दिन अस तुहानूं नवीं नोटिफिकेशन दिंदे हां, भावें किसे रिजल्ट नूं लैके होवे, टीचर बेस को न्यूज़ होवे, या फिर कोई नवीं गवर्नमेंट जॉब दी कोई जानकारी होवे। तो मैं दस दिया, जिहड़े भी कैंडीडेट ने पी एस टैट देना 2018-19, तो अपने चैनल ते रात नूं 9 तो 10 लाइव क्लास चलती है, लाइव मॉक टैसट की क्लास हुंदी है, जरूर लगाया करो रात नूं 9 तो 10 लाइव मॉक टैसट। तो हुण आपां करदे हां जी इनवायरमेंट का नैक्सट टॉपिक, जिहड़ा हैगा वह है हड़। देखो वह है हड़, तो आपां पिछे साइकलोन भी पढ़े, चक्करवात ते भूखिसकन, भूचाल, बीमारियां, डिसीजिज बारे भी आपां गल कीती। तो हुण आपां करदे हां हड़, ये पूछा जा सकदा इहदी डेफिनेशन तो लैके इहदे प्रभाव, इहदे जिहड़े बचाओ दे सारे है वो सारा कुछ, इहदे कारण कुछ भी एग्जाम दे विच पूछा जा सकदा है, सारा कुछ आपां तैयार करना है। ਤਾਂ ਫਸਟ ਹੈ ਜੀ, ਸ਼ੁਰੂ ਕਰਦੇ ਹਾਂ। ਹੜ੍ਹ ਹੜ੍ਹ ਅਨਿਯੰਤ੍ਰਿਤ ਪਾਣੀ ਦਾ ਬਹਾਵ ਹੁੰਦਾ ਹੈ। ਅਨਿਯੰਤ੍ਰਿਤ ਪਾਣੀ ਦਾ ਬਹਾਵ ਕਿ ਜਿਹਨੂੰ ਨਿਯੰਤਰਣ ਨਾ ਕੀਤਾ ਜਾ ਸਕੇ, ਉਹ ਪਾਣੀ ਜਿਹੜਾ ਹੁੰਦਾ ਉਹ ਅਨਿਯੰਤ੍ਰਿਤ ਹੁੰਦਾ ਹੈ, ਤਾਂ ਉਹਨੂੰ ਕੀ ਕਹਿੰਦੇ ਆ ਹੜ੍ਹ। ਜੋ ਇੱਕ ਵਿਸਤ੍ਰਿਤ ਖੇਤਰਫਲ ਨੂੰ ਜਲਮਗਨ ਕਰ ਦਿੰਦਾ, ਵੀ ਇੱਕ ਜਿਵੇਂ ਕਹਿ ਲਓ ਇੱਕ ਪੂਰੇ ਏਰੀਏ ਦੇ ਉੱਤੇ ਪਾਣੀ ਜਦੋਂ ਆ ਜਾਂਦਾ ਹੈ, ਤਾਂ ਉਹ ਹੜ੍ਹ ਦਾ ਜਿਹੜਾ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਹੈ, ਤਾਂ ਉਹਨੂੰ ਹੜ੍ਹ ਕਿਹਾ ਜਾਂਦਾ, ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ, ਕਿ ਜਲਮਗਨ ਕਰ ਦਿੰਦਾ ਉਸ ਏਰੀਏ ਦੇ ਵਿੱਚ, ਪਾਣੀ ਪਾਣੀ ਹੋ ਜਾਂਦਾ, ਅਤੇ ਉੱਥੇ ਜਾਨ ਮਾਲ ਦਾ ਵੀ ਨੁਕਸਾਨ ਹੁੰਦਾ ਹੈ। ਅੱਗੇ ਹੈ ਜੀ, ਇਹ ਸਥਿਤੀ ਤੇਜ਼ ਅਤੇ ਲਗਾਤਾਰ ਮੀਂਹ ਜਾਂ ਬਰਫ਼ ਦੇ ਪਿਘਲਣ ਕਰਕੇ ਨਦੀਆਂ ਦੇ ਪਾਣੀ ਦਾ ਕਿਨਾਰਾਂ ਤੋਂ ਬਾਹਰ ਆ ਜਾਣ ਕਰਕੇ ਹੁੰਦੀ ਹੈ, ਵੀ ਜ਼ਿਆਦਾ ਤੇਜ਼ ਜਿਹੜੀ ਲਗਾਤਾਰ ਮੀਂਹ ਪੈਣ ਜਾਂ ਬਰਫ਼ ਪਿਘਲੇ, ਉਹਦੇ ਕਰਕੇ ਨਦੀਆਂ ਦੇ ਪਾਣੀ ਦਾ ਜਿਹੜਾ ਕਿਨਾਰਾ ਹੈ ਉਹ ਉਦੋਂ ਤੋਂ ਬਾਹਰ ਆ ਜਾਂਦਾ ਪਾਣੀ, ਉਹਦੇ ਕਰਕੇ ਪ੍ਰੋਬਲਮ ਜਿਹੜੀ ਪੂਰੀ ਹੋ ਜਾਂਦੀ ਹੈ। ਅੱਗੋਂ ਹੈ ਜੀ, ਹੜ੍ਹ ਦੇ ਕਾਰਨ ਕੀ ਹੈ, ਕਾਜ਼ ਔਫ ਫਲੱਡ, ਕਾਰਨ ਕੀ ਹੈ। ਹੜ੍ਹ ਕੁਦਰਤ ਜਾਂ ਮਨੁੱਖੀ ਕਾਰਨਾਂ ਕਰਕੇ ਆਉਂਦਾ, ਕੁਦਰਤ ਜਾਂ ਮਨੁੱਖੀ ਕਾਰਨਾਂ ਕਰਕੇ ਆਪਾਂ ਪੜ੍ਹਦੇ ਹਾਂ ਹੁਣ ਇਹਦੇ ਕਾਰਨ ਕੀ ਹੈ। ਫਸਟ ਹੈ, ਬਹੁਤ ਜ਼ਿਆਦਾ ਮੀਂਹ ਪੈਣੇ, ਬਹੁਤ ਜ਼ਿਆਦਾ ਮੀਂਹ ਪੈਣੇ ਇਹ ਕੁਦਰਤੀ ਕਾਰਨ ਹੈ ਕਿ ਮੀਂਹ ਬਹੁਤ ਪੈ ਜਾਣੇ, ਜੰਗਲਾਂ ਦੀ ਕਟਾਈ, ਬੰਨਾਂ ਦਾ ਨਿਰਮਾਣ, ਸੜਕਾਂ ਦਾ ਨਿਰਮਾਣ ਆਦਿ ਮਾਨਵ ਗਤੀਵਿਧੀਆਂ ਨਾਲ ਹੜ੍ਹ ਦੀ ਸੰਭਾਵਨਾ ਵੱਧ ਜਾਂਦੀ ਹੈ। ਤਾਂ ਜਿਹੜੀ ਜੰਗਲਾਂ ਦੀ ਕਟਾਈ ਮਨੁੱਖ ਦੁਆਰਾ ਹੁੰਦੀ ਹੈ, ਬੰਨਾਂ ਦਾ ਨਿਰਮਾਣ ਹੁੰਦਾ ਹੈ, ਸੜਕਾਂ ਦਾ ਨਿਰਮਾਣ ਹੁੰਦਾ, ਉਹਦੇ ਕਰਕੇ ਜਿਹੜੀਆਂ ਮਾਨਵ ਗਤੀਵਿਧੀਆਂ ਨਾਲ ਹੜ੍ਹ ਦੀ ਜਿਹੜੀ ਸੰਭਾਵਨਾ ਵੱਧ ਜਾਂਦੀ ਹੈ। ਨਦੀਆਂ ਦੀ ਨਿਯਮਿਤ ਸਾਫ਼ ਸਫਾਈ ਨਾ ਹੋਣ ਕਰਕੇ ਨਦੀਆਂ ਵਿੱਚ ਹੜ੍ਹ ਆ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਮਿੱਠੀ ਨਦੀ ਦੇ ਰਸਤੇ ਵਿੱਚ ਬਣੀਆਂ ਝੁੱਗੀਆਂ ਝੌਂਪੜੀਆਂ ਦੇ ਕਾਰਨ ਮੁੰਬਈ ਵਿੱਚ 2005 ਵਿੱਚ ਹੜ੍ਹ ਆ ਗਿਆ ਸੀ। ਯਾਦ ਰੱਖਿਓ, ਇਗਜ਼ਾਮ 'ਚ ਪੁੱਛਿਆ ਜਾ ਸਕਦਾ। ਉਦਾਹਰਣ ਦੇ ਤੌਰ 'ਤੇ ਮਿੱਠੀ ਨਦੀ 'ਤੇ ਮਿੱਠੀ ਨਦੀ ਦੇ ਰਸਤੇ ਵਿੱਚ ਬਣੀਆਂ ਝੁੱਗੀਆਂ ਝੌਂਪੜੀਆਂ ਕਰਕੇ ਮੁੰਬਈ ਦੇ ਵਿੱਚ 2005 ਦੇ ਵਿੱਚ ਹੜ੍ਹ ਆ ਗਿਆ ਸੀ। ਅਤੇ ਹੜ੍ਹ ਦੇ ਇਫੈਕਟ ਕੀ ਹੁੰਦੇ ਆ, ਪ੍ਰਭਾਵ ਕੀ ਹੁੰਦੇ ਆ, ਇਹਦੇ ਨਾਲ ਸੰਪੱਤੀ ਦਾ ਨੁਕਸਾਨ ਹੁੰਦਾ ਹੈ, ਜਾਨ ਦੀ ਹਾਨੀ ਹੁੰਦੀ ਹੈ, ਭੂਮੀ ਦੀ ਉਪਜਾਊ ਸ਼ਕਤੀ ਦੇ ਵਿੱਚ ਕਮੀ ਆ ਜਾਂਦੀ ਹੈ, ਕਿਉਂਕਿ ਪਾਣੀ ਪਾਣੀ ਹੋ ਜਾਂਦਾ ਚਾਰੇ ਪਾਸੇ, ਫਸਲਾਂ ਜਿਹੜੀਆਂ ਹੁੰਦੀਆਂ ਉਹ ਖਰਾਬ ਹੋ ਜਾਂਦੀਆਂ, ਫਸਲਾਂ ਦਾ ਨੁਕਸਾਨ ਹੋ ਜਾਂਦਾ, ਮਹਾਂਮਾਰੀ ਜਿਹੜੀ ਫੈਲ ਜਾਂਦੀ ਹੈ, ਕਿਉਂਕਿ ਇਹਦੇ ਵਿੱਚ ਬਹੁਤ ਜਿਹੜਾ ਜਾਨ ਦੀ ਹਾਨੀ ਹੁੰਦੀ ਹੈ, ਜਾਨ ਮਾਲ ਦਾ ਨੁਕਸਾਨ ਹੁੰਦਾ। ਤਾਂ ਹੁਣ ਇਹਦਾ ਪ੍ਰਬੰਧ, ਮੈਨੇਜਮੈਂਟ, ਹੜ੍ਹ ਤੋਂ ਪਹਿਲਾਂ ਨਦੀ ਦੇ ਰਸਤੇ ਨੂੰ ਸਾਫ਼ ਅਤੇ ਰੁਕਾਵਟ ਰਹਿਤ ਬਣਾਉਣਾ, ਨਦੀ ਦੇ ਕਿਨਾਰਿਆਂ 'ਤੇ ਦਰਖਤ ਲਗਾਉਣਾ, ਹੜ੍ਹ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ, ਅਤੇ ਚੈੱਕ ਬੰਨ੍ਹ ਦਾ ਨਿਰਮਾਣ ਕਰਨਾ। ਤਾਂ ਇਹ ਸਾਰਾ ਕੁਛ ਹੜ੍ਹ ਤੋਂ ਪਹਿਲਾਂ ਜਿਹੜਾ ਹੋਣਾ ਚਾਹੀਦਾ ਹੈ, ਤਾਂ ਜੋ ਇਹਦਾ ਪ੍ਰਬੰਧ ਹੋਵੇ ਅਤੇ ਇਹਦੇ ਤੋਂ ਬਚਿਆ ਜਾ ਸਕੇ। ਅਤੇ ਹੜ੍ਹ ਦੇ ਦੌਰਾਨ ਜਦੋਂ ਹੜ੍ਹ ਆਇਆ ਹੋਵੇ ਕਿਸੇ ਏਰੀਏ ਦੇ ਵਿੱਚ, ਉਦੋਂ ਕੀ ਕਰਨਾ ਹੈ ਕਿ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਲੈ ਕੇ ਜਾਣਾ, ਇਹ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ। ਉਸ ਤੋਂ ਬਾਅਦ ਹੜ੍ਹ ਨੂੰ ਦੂਜੇ ਖੇਤਰਾਂ ਵਿੱਚ ਫੈਲਣ ਤੋਂ ਰੋਕਣਾ, ਹੜ੍ਹ ਨੂੰ ਖੇਤਰ ਵਿੱਚ ਭੋਜਨ ਸਮੱਗਰੀ ਅਤੇ ਦਵਾਈਆਂ ਪਹੁੰਚਾਉਣਾ, ਕਿਉਂਕਿ ਜਿੱਥੇ ਹੜ੍ਹ ਹੁੰਦਾ ਹੈ ਉੱਥੇ ਭੋਜਨ ਵੀ ਪਹੁੰਚਾਉਣਾ ਜ਼ਰੂਰੀ ਹੁੰਦਾ ਹੈ, ਅਤੇ ਦਵਾਈਆਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੋਵੇ, ਅਤੇ ਦਵਾਈਆਂ ਵੀ ਬਹੁਤ ਜ਼ਰੂਰੀ ਹੈ। ਤਾਂ ਉਦੋਂ ਬਾਅਦ ਹੈ ਜੀ ਹੜ੍ਹ ਤੋਂ ਬਾਅਦ, ਆਫਟਰ ਫਲੱਡ, ਮਾਨਵੀ ਅਤੇ ਜਾਨਵਰਾਂ ਦੇ ਮ੍ਰਿਤ ਸਰੀਰਾਂ ਨੂੰ ਦਬਾਉਣਾ ਜਾਂ ਜਲਾਉਣਾ, ਜਿਹੜੀ ਪ੍ਰੋਬਲਮ ਹੁੰਦੀ ਹੈ, ਉਦੋਂ ਬਾਅਦ ਮਾਨਵੀ ਜਾਂ ਜਾਨਵਰਾਂ ਦੀ ਮੌਤ ਹੁੰਦੀ ਹੈ, ਉਹਨਾਂ ਦਾ ਜਿਹੜਾ ਡੈੱਡ ਬੋਡੀਜ਼ ਹੁੰਦੀਆਂ, ਮ੍ਰਿਤ ਸਰੀਰ ਹੁੰਦੇ, ਉਹਨਾਂ ਨੂੰ ਜਲਦੀ ਤੋਂ ਜਲਦੀ ਦਬਾ ਦੇਣਾ, ਦਫਨਾ ਦੇਣਾ ਜਾਂ ਜਲਾ ਦੇਣਾ, ਜਲਦੀ ਕਰਨਾ ਚਾਹੀਦਾ ਇਹ। ਨੈਕਸਟ ਹੈ ਹੜ੍ਹ ਪ੍ਰਭਾਵਿਤ ਲੋਕਾਂ ਦੇ ਪੁਨਰ ਨਿਵਾਸ ਦੀ ਵਿਵਸਥਾ ਕਰਨਾ, ਵੀ ਜਿੱਥੇ ਹੜ੍ਹ ਆਇਆ ਹੋਵੇ ਬਾਅਦ ਦੇ ਵਿੱਚ ਜਿਹੜਾ ਪੁਨਰ ਨਿਵਾਸ ਲੋਕਾਂ ਦਾ, ਉਹਦੇ ਵੀ ਪ੍ਰਬੰਧ ਕਰਨਾ ਚਾਹੀਦਾ। ਇਹ ਇੰਪੋਰਟੈਂਟ ਕੁਸਚਨ ਸੀ ਹੜ੍ਹ ਆਪਾਂ ਕੀਤਾ,
ਪੁੱਛਿਆ ਜਾ ਸਕਦਾ ਇਹਦੇ ਵਿੱਚੋਂ ਵੀ ਕੁਸ਼ਚਨ। ਹਰ ਟੋਪਿਕ ਨੂੰ ਆਪਾਂ ਸੋਲਵ ਕਰਨਾ ਹੈ, ਹਰ ਟੋਪਿਕ ਨੂੰ ਕਰਨਾ ਹੈ, ਭਾਵੇਂ ਉਹ ਸੌਖਾ ਹੈ, ਭਾਵੇਂ ਛੋਟਾ ਹੈ, ਭਾਵੇਂ ਔਖਾ ਹੈ, ਭਾਵੇਂ ਵੱਡਾ ਹੈ। ਤਾਂ ਬਣੇ ਰਹੋ ਸਾਡੇ ਨਾਲ, ਜੇ ਕੋਈ ਟੀਚਰਾਂ ਨੂੰ ਲੈ ਕੇ ਨਿਊਜ਼ ਆਈ ਉਹ ਵੀ ਦੇਵਾਂਗੇ। ਬਹੁਤ ਬਹੁਤ ਧੰਨਵਾਦ।